ਕੋਈ ਬੜਾ ਵੱਡਾ ਬਦਮਾਸ਼ ਸਾਹਮਣੇ ਆਵੇਗਾ, ਪਰ ਐਡਾ ਵੱਡਾ ਦਾਵਾ ਕਰਨ ਵਾਲਾ ਸਾਹਮਣੇ ਨਹੀਂ ਹੈਗਾ। ਅਸਲਾਮ ਅਲੈਕੁਮ, ਜਿਉਂਦੇ ਰਹੋ, ਵਸਦੇ ਰਹੋ ਅਤੇ ਮੇਰਾ ਚੈਨਲ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ ਅਤੇ ਸ਼ੇਅਰ ਕਰਿਆ ਕਰੋ। ਔਰ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਂ ਹੈ ਜੱਗਾ ਡਾਕੂ। ਹਦਾਇਤਕਾਰ ਯੂਨਸ ਮਲਿਕ ਨੇ ਬੜਾ ਅੱਛਾ ਇਸਦੀ ਡਾਇਰੈਕਸ਼ਨ ਦਿੱਤੀ ਹੈ। ਇਸ ਤੋਂ ਇਲਾਵਾ ਨਾਸਰ ਅਦੀਬ ਨੇ ਬੜਾ ਅੱਛਾ ਸਕ੍ਰਿਪਟ ਲਿਖਿਆ ਹੈ ਔਰ ਮਿਊਜ਼ਿਕ ਡਾਇਰੈਕਟਰ ਵਜਾਹਤ ਅਤਰੇ ਨੇ ਇਸ ਫਿਲਮ ਦਾ ਬੜਾ ਅੱਛਾ ਮਿਊਜ਼ਿਕ ਦਿੱਤਾ ਹੈ। ਇਸ ਫਿਲਮ ਦੇ ਅਦਾਕਾਰਨ ਸੁਲਤਾਨ ਰਾਈ, ਨਾਦਰਾ, ਸੰਗੀਤਾ, ਗੁਲਾਮ ਮਯੂਦੀਨ, ਅਨਵਰ ਖਾਨ, ਹਮਾਇਓ ਕੁਰੇਸ਼ੀ, ਜ਼ਹਿਰ ਸ਼ਾਹ, ਅਲਤਾਫ ਖਾਨ, ਬਾਬਰ, ਸੀਮਾ ਬੇਗਮ। ਅਤੇ ਜੈਸੇ ਮੈਂ ਪਹਿਲਾਂ ਦੱਸਿਆ ਕਿ ਹਦਾਇਤਕਾਰ ਯੂਨਸ ਮਲਿਕ ਹਨ, ਇਹਦੇ ਮੁਸੰਨਫ ਨਾਸਰ ਅਦੀਬ ਹਨ ਅਤੇ ਇਹਦੇ ਮਿਊਜ਼ਿਕ ਦਿੱਤਾ ਹੈ ਵਜਾਹਤ ਅਤਰੇ ਨੇ। ਜੱਗਾ ਡਾਕੂ ਦਾ ਟਾਈਟਲ ਰੋਲ ਅਦਾਕਾਰ ਸੁਲਤਾਨ ਰਾਈ ਨੇ ਅਦਾ ਕੀਤਾ ਹੈ। ਇਸ ਫਿਲਮ ਦਾ ਵੀ ਮਿਊਜ਼ਿਕ ਬੜਾ ਸ਼ਾਨਦਾਰ ਹੈ ਔਰ ਇਸ ਫਿਲਮ ਦੇ ਅੰਦਰ ਵਜਾਹਤ ਅਤਰੇ ਨੇ, ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਇੰਡੀਅਨ ਗਾਣਾ ਜਿਹੜਾ ਉਹਨੂੰ ਕਾਪੀ ਕੀਤਾ ਹੈ, ਚੋਲੀ ਕੇ ਪਿੱਛੇ ਕਿਆ ਹੈ। ਫਿਲਮ ਖਲਨਾਇਕ ਦਾ ਇਹ ਗਾਣਾ ਸੀ ਔਰ ਵਜਾਹਤ ਅਤਰੇ ਨੇ ਇਸ ਗਾਣੇ ਨੂੰ ਕਾਪੀ ਕੀਤਾ ਹੈ। ਅਫਸੋਸ ਹੋਇਆ ਕਿ ਵਜਾਹਤ ਅਤਰੇ ਸਾਹਿਬ ਬੜੇ ਬਾਸਲਾਇਤ ਮਿਊਜ਼ਿਕ ਡਾਇਰੈਕਟਰ ਹਨ, ਉਹਨਾਂ ਨੂੰ ਇਸ ਕਿਸਮ ਦੀ ਹਰਕਤ ਨਹੀਂ ਕਰਨੀ ਚਾਹੀਦੀ ਸੀ। ਬਹਰਹਾਲ ਕਿਉਂਕਿ ਸਿਲਸਿਲਾ ਉਸ ਟਾਈਮ ਚੱਲ ਰਿਹਾ ਸੀ, ਇਸ ਵਾਸਤੇ ਉਹਨਾਂ ਨੇ ਵੀ ਕਾਪੀ ਕੀਤੀ ਹੈ। ਜੱਗਾ ਜਿਹੜਾ ਹੁੰਦਾ ਹੈ ਆਪਣਾ ਇਲਾਕੇ ਦਾ ਬੜਾ ਮਸ਼ਹੂਰ ਡਾਕੂ ਹੁੰਦਾ ਹੈ ਔਰ ਲੋਕਾਂ ਦੇ ਮਸਲੇ ਮਸਾਇਲ ਬਕਾਇਦਾ, ਯਾਨੀ ਕਿ ਜੱਗਾ ਡਾਕੂ ਅਦਾਲਤ ਲਾਉਂਦਾ ਹੈ ਔਰ ਲੋਕਾਂ ਦੇ ਮਸਲੇ ਮਸਾਇਲ ਹੱਲ ਕਰਦਾ ਹੈ। ਬੱਗੂ ਅਤੇ ਹਾਕੂ, ਅਲਤਾਫ ਖਾਨ ਅਤੇ ਜ਼ਹਿਰ ਸ਼ਾਹ ਉਸਦੇ ਰਾਈਟ ਹੈਂਡ ਹੁੰਦੇ ਨੇ, ਯਾਨੀ ਕਿ ਦੋਨੋਂ ਉਹਦੇ ਸਾਥੀ ਹੁੰਦੇ ਨੇ ਔਰ ਬੜੇ ਹੀ ਵਫਾਦਾਰ ਸਾਥੀ ਹੁੰਦੇ ਨੇ ਔਰ ਜੱਗੇ ਦੇ ਨਾਲ ਬੜੀ ਵਫਾ ਕਰਦੇ ਨੇ। ਮੈਨੂੰ ਮਾਫ ਕਰਦੇ ਚਾਡੀਓ, ਮੈਂ ਹੁਣ ਉਹ ਜੱਗਾ ਨਹੀਂ ਰਿਹਾ, ਮੈਂ ਤੇ ਮਿਹਨਤ ਮਜ਼ਦੂਰੀ ਕਰਕੇ ਰੋਟੀ ਕਮਾਉਣ ਵਾਲਾ ਮਸਕੀਨ ਹਾਂ। ਪੂਰੇ ਇਲਾਕੇ ਦੀ ਪੁਲਿਸ ਜੱਗੇ ਦੇ ਪਿੱਛੇ ਹੁੰਦੀ ਹੈ ਔਰ ਡਿਪਟੀ ਅਫਜ਼ਾਲ ਜਿਹੜਾ ਹੁੰਦਾ ਹੈ, ਡਿਪਟੀ ਅਫਜ਼ਾਲ ਦਾ ਜਿਹੜਾ ਕਿਰਦਾਰ ਹੈ ਉਹ ਅਦਾਕਾਰ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਔਰ ਬੜਾ ਹੀ ਅੱਛਾ ਕੰਮ ਕੀਤਾ ਹੈ। ਉਸਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜੱਗਾ ਡਾਕੂ ਨੂੰ ਗ੍ਰਿਫਤਾਰ ਕਰੇ। ਇੱਕ ਜਗ੍ਹਾ ਉਹ ਰੇਡ ਕਰਦਾ ਹੈ ਔਰ ਰੇਡ ਕਰਕੇ ਜੱਗਾ ਡਾਕੂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲੈਂਦਾ ਹੈ। ਜੱਗਾ ਫਰਾਰ ਹੋ ਜਾਂਦਾ ਹੈ ਲੇਕਿਨ ਉਸਦੇ ਸਾਰੇ ਜਿਹੜੇ ਸਾਥੀ ਹੁੰਦੇ ਨੇ ਉਹ ਗ੍ਰਿਫਤਾਰ ਹੋ ਜਾਂਦੇ ਨੇ। ਜੱਗਾ ਜਾਂਦਾ ਔਰ ਜਾ ਕੇ ਜਿਹੜਾ ਡਿਪਟੀ ਹੁੰਦਾ ਉਸਦੀ ਭੈਣ ਫੌਜੀਆ ਸੰਗੀਤਾ ਨੂੰ ਅਗਵਾ ਕਰਕੇ ਆਪਣੇ ਡੇਰੇ 'ਤੇ ਲੈ ਜਾਂਦਾ ਹੈ ਔਰ ਡਿਪਟੀ ਨੂੰ ਫੋਨ ਕਰਕੇ ਦੱਸਦਾ ਹੈ ਕਿ ਅਗਰ ਤੂੰ ਮੇਰੇ ਸਾਥੀਆਂ ਨੂੰ ਰਿਹਾ ਨਾ ਕੀਤਾ ਤਾਂ ਤੇਰੀ ਭੈਣ ਨੂੰ ਮੈਂ ਕਤਲ ਕਰ ਦਿਆਂਗਾ। ਡਿਪਟੀ ਅਫਜ਼ਾਲ ਜਿਹੜਾ ਹੁੰਦੇ ਉਹ ਮਜਬੂਰ ਹੋ ਜਾਂਦੇ ਔਰ ਮਜਬੂਰ ਹੋ ਕੇ ਉਹਦੇ ਸਾਥੀਆਂ ਨੂੰ ਰਿਹਾ ਕਰ ਦਿੰਦਾ ਔਰ ਜਿਹੜਾ ਜੱਗਾ ਹੁੰਦਾ ਉਹ ਇਤਰਾਮ ਔਰ ਇੱਜ਼ਤ ਦੇ ਨਾਲ ਫੌਜੀਆਂ ਨੂੰ ਉਹਦੇ ਘਰ ਭੇਜ ਦਿੰਦਾ। ਲੇਕਿਨ ਜਦੋਂ ਉਹ ਘਰ ਦਾਖਲ ਹੁੰਦੀ ਹੈ ਅਤੇ ਉਹ ਜਿਹੜਾ ਉਹਦਾ ਹੋਣ ਵਾਲਾ ਸੁਸਰ ਹੁੰਦਾ ਹੈ, ਉਸਦੀ ਮੰਗਣੀ ਹੋਈ ਹੁੰਦੀ ਹੈ ਆਪਣੇ ਚਾਚੇ ਦੇ ਘਰ, ਜਿਹੜਾ ਉਹਦਾ ਸੁਸਰ ਹੁੰਦਾ ਉਹ ਜਦੋਂ ਇਹ ਸੁਣਦਾ ਕਿ ਕਿਸੇ ਦੇ ਉਹ ਟਾਈਮ ਪਾਸ ਕਰਕੇ ਆਈਏ, ਰਾਤ ਗੁਜ਼ਾਰ ਕੇ ਆਈਏ, ਉਹ ਮੰਗਣੀ ਤੋੜਨੇ ਦਾ ਐਲਾਨ ਕਰ ਦਿੰਦਾ ਹੈ। ਡਿਪਟੀ ਅਫਜ਼ਾਲ ਉਹਦੇ ਪੈਰ ਵੀ ਪਕੜਦਾ, ਕਹਿੰਦਾ ਚਾਚਾ ਕਿ ਬਿਲਕੁਲ ਪਾਕ ਸਾਫ਼ ਹੈ, ਪਰ ਉਹਦਾ ਚਾਚਾ ਨਹੀਂ ਮੰਨਦਾ। ਇਸ ਤਰ੍ਹਾਂ ਉਹ ਮੰਗਣੀ ਤੋੜਨੇ ਦਾ ਐਲਾਨ ਕਰ ਦਿੰਦਾ ਔਰ ਸੰਗੀਤਾ ਜਿਹੜੀ ਆਉਂਦੀ ਹੈ ਉਹ ਬਹੁਤ ਹੀ ਮਾਯੂਸ ਹੁੰਦੀ ਹੈ ਔਰ ਨਗਮਾ ਨੇ ਇਸ ਫਿਲਮ ਦੇ ਅੰਦਰ ਸੰਗੀਤਾ ਦੀ ਭਾਬੀ
ਡਿਪਟੀ ਅਫਜ਼ਾਲ ਦੀ ਬੀਵੀ ਦਾ ਕਿਰਦਾਰ ਅਦਾ ਕੀਤਾ ਹੈ, ਉਹ ਵੀ ਬੜੇ ਪਰੇਸ਼ਾਨ ਹੁੰਦੇ ਨੇ ਦੇ ਖਿਲਾਫ ਬੋਲਣ ਲਈ। ਸਾਰੇ ਜਗ ਨੂੰ ਸੋਚਣ ਲਈ ਸਤੀਆਂ ਚਾਹੀਦੀਆਂ ਨੇ, ਤੁਸੀਂ ਚੰਦ ਬੰਦੇ ਤੇ ਬੰਦੂ। ਖੈਰ ਵਕਤ ਗੁਜ਼ਰਦਾ ਹੈ, ਜਗ੍ਹਾ ਪੁਲਿਸ ਤੋਂ ਬਚਣ ਵਾਸਤੇ, ਪੁਲਿਸ ਦੀ ਗੋਲੀ ਨੂੰ ਲੱਗਦੀ ਹੈ, ਉਹ ਪੁਲਿਸ ਤੋਂ ਬਚਣ ਵਾਸਤੇ ਫੌਜੀਆ ਦੇ ਘਰ ਦਾਖਲ ਹੋ ਜਾਂਦਾ ਹੈ। ਜਦੋਂ ਘਰ ਦਾਖਲ ਹੁੰਦਾ ਦੇਖਦਾ ਹੈ ਕਿ ਫੌਜੀਆ ਰੋ ਰਹੀ ਹੁੰਦੀ ਹੈ, ਪਲਟਣਾ ਚਾਹੁੰਦਾ, ਲੇਕਿਨ ਫੌਜੀਆ ਉਹਨੂੰ ਰੋਕ ਲੈਂਦੀ ਔਰ ਕਹਿੰਦੀ ਹੈ ਕਿ ਮੇਰੀ ਬਰਬਾਦੀ ਦਾ ਜ਼ਿੰਮੇਦਾਰ ਤੂੰ ਹੈ, ਅਗਰ ਤੂੰ ਮੈਨੂੰ ਅਗਵਾ ਨਾ ਕਰਦਾ ਤਾਂ ਮੇਰੀ ਜ਼ਿੰਦਗੀ ਤਬਾਹ ਨਾ ਆਉਂਦੀ, ਮੇਰੀ ਮੰਗਣੀ ਨਾ ਟੁੱਟਦੀ। ਜੱਗਾ ਬੜਾ ਪਰੇਸ਼ਾਨ ਹੁੰਦਾ ਔਰ ਜੱਗ ਆਪਣੇ ਚੌਕ ਵਿੱਚ ਐਲਾਨ ਕਰਦਾ ਕਿ ਫੌਜੀਆ ਪਾਕ ਸਾਫ਼ ਹੈ, ਪਰ ਉਹਦੀ ਗੱਲ 'ਤੇ ਕੋਈ ਵੀ ਯਕੀਨ ਨਹੀਂ ਕਰਦਾ। ਮੌਲੀ ਸਾਹਿਬ ਆ ਜਾਂਦੇ ਨੇ ਔਰ ਜੱਗੇ ਨੂੰ ਸਮਝਾਉਂਦੇ ਨੇ ਕਿ ਅਗਰ ਤੂੰ ਇਸਦੀ ਇੱਜ਼ਤ ਖਰਾਬ ਕੀਤੀ ਹੈ, ਤੇਰੀ ਵਜ੍ਹਾ ਤੋਂ ਇਹ ਬਦਨਾਮ ਹੋਈ ਹੈ, ਤੂੰ ਇੱਜ਼ਤ ਬਹਾਲ ਕਰ ਸਕਦਾ ਔਰ ਤੂੰ ਇਹਦੇ ਨਾਲ ਨਿਕਾਹ ਕਰ ਲੈ। ਪਰ ਫੌਜੀਆ ਕਹਿੰਦੀ ਹੈ ਕਿ ਅਗਰ ਜੱਗਾ ਸਾਰੇ ਬੁਰੇ ਕੰਮ ਛੋੜ ਦੇਵੇ ਤਾਂ ਮੈਂ ਇਹਦੇ ਨਾਲ ਨਿਕਾਹ ਕਰ ਲਾਂਗੀ। ਜੱਗਾ ਮੰਨ ਜਾਂਦਾ ਔਰ ਨਿਕਾਹ ਤੋਂ ਬਾਅਦ ਉਹ ਆਪਣਾ ਇਲਾਕਾ ਛੋੜ ਕੇ ਕਿਸੇ ਦੂਸਰੇ ਇਲਾਕੇ ਚਲੇ ਜਾਂਦੇ ਨੇ। ਔਰ ਇਸ ਫਿਲਮ ਦੇ ਅੰਦਰ ਨਾਦਰਾ ਨੇ ਸੁਲਤਾਨ ਰਾਏ ਦੀ ਧੀ ਦਾ ਕਿਰਦਾਰ ਅਦਾ ਕੀਤਾ ਹੈ। ਇਸੇ ਤਰ੍ਹਾਂ ਜੱਗਾ ਡਾਕੂ ਦੂਸਰੇ ਇਲਾਕੇ ਚਲਾ ਜਾਂਦਾ ਹੈ ਔਰ ਜਾ ਕੇ ਆਪਣਾ ਨਾਮ ਸ਼ਰਫੂ ਰੱਖ ਲੈਂਦਾ ਹੈ ਔਰ ਉਸ ਇਲਾਕੇ 'ਚ ਹੋਟਲ ਖੋਲ੍ਹ ਲੈਂਦਾ ਹੈ ਔਰ ਆਪਣਾ ਕਾਰੋਬਾਰ ਸ਼ੁਰੂ ਕਰਦਾ ਔਰ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਦਾ ਹੈ। ਔਰ ਉਹਦੀ ਧੀ ਜਵਾਨ ਹੋ ਜਾਂਦੀ ਹੈ। ਗੁਲਾਮ ਮਜੀਦੀਨ ਨੇ ਇਸ ਫਿਲਮ ਦੇ ਅੰਦਰ ਵਕੀਲ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਸੀਮਾ ਬੇਗਮ ਦਾ ਪੁੱਤਰ ਹੁੰਦਾ ਹੈ ਔਰ ਸੀਮਾ ਬੇਗਮ ਡਿਪਟੀ ਅਫਜ਼ਾਲ ਦੀ ਨੌਕਰਾਣੀ ਹੁੰਦੀ ਹੈ। ਇਸ ਤਰ੍ਹਾਂ ਨਾਦਰਾ ਅਤੇ ਗੁਲਾਮ ਮਜੀਦੀਨ ਆਪਸ ਇੱਕ ਦੂਸਰੇ ਨੂੰ ਪਸੰਦ ਕਰਦੇ ਨੇ, ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਨੇ। ਉਹ ਰਵਾਇਤੀ ਕਹਾਣੀ ਹੈ ਕਿ ਸਟਾਰਟ ਹੁੰਦੀ ਹੈ, ਇੱਕ ਦੂਜੇ ਨੂੰ ਤੰਗ ਕਰਦੇ, ਇਹ ਕਰਦੇ ਨੇ, ਵੋ ਕਰਦੇ ਨੇ। ਹਰ ਜੱਗਾ ਜਿਹੜਾ ਹੁੰਦਾ ਉਹ ਸ਼ਰਫੂ ਦੇ ਨਾਂ ਤੋਂ ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰਦਾ ਹੈ। ਬੱਗੂ ਅਤੇ ਹਾਕੂ ਜਦੋਂ ਜੇਲ੍ਹ ਤੋਂ ਰਿਹਾਅ ਹੋ ਜਾਂਦੇ ਨੇ, ਉਹ ਹੋਟਲ 'ਤੇ ਆ ਕੇ ਬੈਠਦੇ ਨੇ ਅਤੇ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ। ਜੱਗੇ ਨੂੰ ਦੇਖ ਲੈਂਦੇ ਔਰ ਉਹਨੂੰ ਦੱਸਦਾ ਕਿ ਆਪਣੇ ਦੋਸਤ ਨੂੰ ਦੱਸਦਾ ਹਾਕੂ ਨੂੰ ਕਿ ਇਹ ਜਿਹੜਾ ਸਾਹਮਣੇ ਬੈਠਾ ਹੈ ਇਹ ਜੱਗਾ ਹੈ। ਪਰ ਉਸਦਾ ਦੋਸਤ ਕਹਿੰਦਾ ਨਹੀਂ ਯਾਰ, ਤੈਨੂੰ ਗਲਤ ਫਹਿਮੀ ਹੈ, ਜੱਗਾ ਨਹੀਂ। ਖੈਰ ਉਹ ਉਹਨੂੰ ਪਛਾਣ ਲੈਂਦੇ ਨੇ ਔਰ ਜੱਗਾ ਜਦੋਂ ਹੋਟਲ ਬੰਦ ਕਰਕੇ ਆਪਣੇ ਘਰ ਜਾਂਦਾ ਅਤੇ ਉਹਦੇ ਪਿੱਛੇ ਜਾਂਦੇ ਨੇ ਅਤੇ ਉਹਨੂੰ ਦੱਸਦੇ ਨੇ ਕਿ ਜੱਗਿਆ ਅਸੀਂ ਤੈਨੂੰ ਪਛਾਣ ਲਿੱਤਾ ਹੈ। ਜੱਗਾ ਉਹਨੂੰ ਖੁਦਾ ਦਾ ਵਾਸਤਾ ਦਿੰਦਾ ਔਰ ਕਹਿੰਦਾ ਕਿ ਅਗਰ ਤੁਸੀਂ ਮੈਨੂੰ ਪਛਾਣ ਲਿੱਤਾ ਤਾਂ ਖੁਦਾ ਦਾ ਵਾਸਤਾ, ਤੁਸੀਂ ਕਿਸੇ ਨੂੰ ਦੱਸਣਾ ਨਹੀਂ। ਖੈਰ ਉਹ ਕਹਿੰਦੇ ਨੇ ਕਿ ਜੱਗਿਆ ਸ਼ਰਾਫਤ ਦੀ ਜ਼ਿੰਦਗੀ ਗੁਜ਼ਾਰਨਾ ਬਹੁਤ ਮੁਸ਼ਕਿਲ ਹੈ, ਤੂੰ ਅਗਰ ਕਿਸੇ ਮੁਸ਼ਕਿਲ ਲਈ ਗ੍ਰਿਫਤਾਰ ਰਹਿਣਾ ਤਾਂ ਅਸੀਂ ਜੰਗਲ ਲਈ ਤੇਰਾ ਇੰਤਜ਼ਾਰ ਕਰਾਂਗੇ। ਇਸ ਫਿਲਮ ਦੇ ਅੰਦਰ ਅਮਾਇਓ ਕੁਰੈਸ਼ੀਏ ਨੇ ਬੰਦਿਆਲ ਦਾ ਕਿਰਦਾਰ ਅਦਾ ਕੀਤਾ ਔਰ ਅਨਵਰ ਖਾਨ ਨੇ ਚਾਂਡੀਓ ਦਾ ਕਿਰਦਾਰ ਅਦਾ ਕੀਤਾ, ਜਿਹੜੇ ਕਿ ਇਲਾਕੇ ਦੇ ਕੌਂਸਲਰ ਹੁੰਦੇ ਨੇ ਔਰ ਸਭ ਕਬਜ਼ਾ ਮਾਫੀਆ ਹੁੰਦੇ ਨੇ, ਉਹਨਾਂ ਦਾ ਬੁਰਾ ਕੰਮ ਹੋ ਜਾਂਦਾ। ਪਹਿਲੇ ਦੋਸਤ ਹੁੰਦੇ ਨੇ ਲੇਕਿਨ ਬਾਅਦ ਹੀ ਆਪਸ ਇੱਕ ਦੂਸਰੇ 'ਤੇ ਦੁਸ਼ਮਣ ਹੋ ਜਾਂਦੇ ਨੇ। ਡਿਪਟੀ ਅਫਜ਼ਾਲ ਵੀ ਹੋਟਲ ਤੋਂ ਗੁਜ਼ਰ ਜਾਂਦਾ, ਜੱਗੇ ਨੂੰ ਦੇਖ ਲੈਂਦਾ, ਉਹ ਪੁਲਿਸ ਦੇ ਜ਼ਰੀਏ ਉਹਨੂੰ ਥਾਣੇ ਬੁਲਾਉਂਦੇ, ਆਪਸ 'ਚ ਮੁਲਾਕਾਤ ਹੁੰਦੀ ਹੈ ਅਤੇ ਜੱਗਾ ਜਿਹੜਾ ਨਾ ਉਹਦੇ ਕੋਲ ਕਾਰਡ ਲੈ ਕੇ ਜਾਂਦਾ ਔਰ ਜਾ ਕੇ ਫੌਜੀਆਂ ਨੂੰ ਦੱਸਦੇ ਹੈ, ਆਪਸ 'ਚ ਸਾਰੇ ਮਿਲਦੇ ਨੇ। ਔਰ ਇਸ ਫਿਲਮ ਦੇ ਅੰਦਰ ਬਾਬਰ ਨੇ ਡਿਪਟੀ ਅਫਜ਼ਾਲ ਦੇ ਪੁੱਤਰ ਦਾ ਕਿਰਦਾਰ ਅਦਾ ਕੀਤਾ ਹੈ, ਜਿਹੜਾ ਕਿ ਇੱਕ ਬੁਰਾ ਇਨਸਾਨ ਹੁੰਦਾ ਔਰ ਸਮਗਲਿੰਗ ਦਾ ਧੰਦਾ ਕਰਦਾ ਔਰ ਤਵਾਈਫਾਂ ਦੇ ਕੋਠੇ 'ਤੇ ਜਾਂਦਾ ਔਰ ਡਿਪਟੀ ਅਫਜ਼ਾਲ ਨੂੰ ਇਸ ਚੀਜ਼ ਦਾ ਇਲਮ ਨਹੀਂ ਆਉਂਦਾ, ਉਹ ਦੁਸ਼ਮਣਾਂ ਦਾ ਅਲਾਕਾਰ ਹੁੰਦਾ ਹੈ। ਹਮਾਇਓ ਕੁਰੈਸ਼ੀ ਦੇ ਨਾਲ ਮਿਲ ਕੇ ਉਹ ਸਮਗਲਿੰਗ ਦਾ ਕਾਰੋਬਾਰ ਕਰਦਾ। ਖੈਰ ਉਹਦੀ ਸਾਥੀ ਹੁੰਦੀ ਹੈ ਚਕੋਰੀ, ਉਹ ਮੁਖਬਰੀ ਕਰਦੀ ਹੈ ਔਰ ਪੁਲਿਸ ਨੂੰ ਦੱਸਦੀ ਹੈ ਕਿ ਜਿਹੜਾ ਹਮਾਇਓ ਕੁਰੈਸ਼ੀ ਹੈ ਉਹ ਸਾਰੇ ਧੰਦੇ ਕਰਦਾ ਔਰ ਉਹਨਾਂ ਸਾਰਿਆਂ ਧੰਦਿਆਂ ਦੀ ਗਵਾਹ ਹੈ ਔਰ ਅਦਾਲਤ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਲੇਕਿਨ ਬਾਬਰ ਜਿਹੜਾ ਹੁੰਦਾ ਉਹ ਚਕੋਰੀ ਨੂੰ ਅਦਾਲਤ 'ਚ ਪਹੁੰਚਣ ਤੋਂ ਪਹਿਲੇ ਹੀ ਕਤਲ ਕਰ ਦਿੰਦਾ।
ਖੁਦਾ ਦੀ ਕਰਨੀ ਐਸੀ ਹੁੰਦੀ ਹੈ ਕਿ ਜੱਗੇ ਨੂੰ ਬੰਦਿਆਲ ਦੇਖ ਲੈਂਦਾ ਹੈ, ਬੰਦਿਆਲ ਜੱਗੇ ਦਾ ਪਿੱਛਾ ਕਰਦਾ ਹੈ ਔਰ ਜੰਗਲ ਲਈ ਜਾ ਕੇ ਉਹਨੂੰ ਪਕੜ ਲੈਂਦਾ ਹੈ ਔਰ ਉਹਨੂੰ ਮਾਰਨ ਤੋਂ ਬਾਅਦ ਕੈਦ ਕਰ ਦਿੰਦਾ ਹੈ। ਔਰ ਖੁਦਾ ਦੀ ਕਰਨੀ ਐਸੀ ਹੁੰਦੀ ਹੈ ਕਿ ਜੱਗਾ ਉੱਥੋਂ ਫਰਾਰ ਹੋ ਜਾਂਦਾ ਔਰ ਫਰਾਰ ਹੋ ਕੇ ਗੁਲਾਮ ਮਈਉਦੀਨ ਦੇ ਘਰ ਆਉਂਦਾ ਹੈ। ਅਫਜ਼ਾਲ ਹੁੰਦਾ ਉਹਨੂੰ ਸ਼ੱਕ ਹੋ ਜਾਂਦਾ ਔਰ ਆ ਕੇ ਉਹ ਗੁਲਾਮ ਮਈਉਦੀਨ ਦੇ ਘਰ ਛਾਪਾ ਮਾਰਦਾ ਪਰ ਉੱਥੇ ਉਹਨੂੰ ਨਹੀਂ ਮਿਲਦਾ। ਖੈਰ ਜਿਹੜਾ ਜੱਗਾ ਹੁੰਦਾ ਉਹ ਦੁਸ਼ਮਣਾਂ ਦੇ ਟਾਏ ਚੜ੍ਹ ਜਾਂਦਾ। ਖੈਰ ਜੱਗੇ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਜਿਹੜਾ ਦੁਸ਼ਮਣ ਹੁੰਦੇ ਨੇ ਉਹਦੀ ਧੀ ਨੂੰ ਜਦੋਂ ਚੁੱਕ ਕੇ ਲੈ ਜਾਂਦੇ ਨੇ, ਜੱਗਾ ਜੇਲ੍ਹ ਤੋੜ ਕੇ ਫਰਾਰ ਹੋ ਜਾਂਦਾ ਔਰ ਉਸੇ ਜੰਗਲ ਹੀ ਪਹੁੰਚ ਜਾਂਦਾ ਜਿਸ ਜੰਗਲ ਹੀ ਕਦੇ ਉਹਦਾ ਰਾਜ ਹੁੰਦਾ ਸੀ। ਹਾਕੂ ਅਤੇ ਬੱਗੂ ਉਹਨੂੰ ਮਿਲਦੇ ਨੇ ਅਤੇ ਦੁਬਾਰਾ ਜਿਹੜਾ ਨਾ ਸ਼ਰਫੂ ਜੱਗਾ ਡਾਕੂ ਬਣ ਜਾਂਦਾ ਔਰ ਜੱਗਾ ਡਾਕੂ ਬਣ ਕੇ ਔਰ ਆਪਣੇ ਦੁਸ਼ਮਣਾਂ ਤੋਂ ਇੰਤਕਾਮ ਲੈਂਦਾ ਔਰ ਸਾਰਿਆਂ ਨੂੰ ਮਾਰਨ ਤੋਂ ਬਾਅਦ ਖੁਦ ਵੀ ਉਹ ਮਾਰਿਆ ਜਾਂਦਾ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਬੜੀ ਹੀ ਜ਼ਬਰਦਸਤ ਫਿਲਮ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ।